ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਈਡੀ ਵੱਲੋਂ ਲੁਧਿਆਣਾ ਸਿਟੀ ਸੈਂਟਰ ਘੋਟਾਲੇ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਵਿਜੀਲੈਂਸ ਬਿਊਰੋ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਸ ਮਾਮਲੇ ਵਿੱਚ ਈਡੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਲੁਧਿਆਣਾ ਵਿੱਚ ਟ੍ਰਾਇਲ ਦੌਰਾਨ ਜੋ FIR ਅਤੇ ਚਲਾਨ ਪੇਸ਼ ਕੀਤੇ ਗਏ ਸਨ ਉਹਨਾਂ ਦੀ ਕਾਪੀ ਈਡੀ ਨੂੰ ਉਪਲਬਧ ਕਰਵਾਈ ਜਾਵੇ। ਈਡੀ ਨੇ ਹਾਈ ਕੋਰਟ ਨੂੰ ਦੱਸਿਆ ਕਿ ਟ੍ਰਾਇਲ ਕੋਰਟ ਨੂੰ ਇੱਕ FIR ਅਤੇ ਚਲਾਨ ਦੀ ਕਾਪੀ ਦਿੱਤੇ ਜਾਣ ਦੀ ਅਪੀਲ ਕੀਤੀ ਗਈ ਸੀ, ਜਿਸ ਤੋਂ ਟ੍ਰਾਇਲ ਕੋਰਟ ਨੇ ਇਨਕਾਰ ਕਰ ਦਿੱਤਾ ਸੀ। ਹੁਣ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਸਾਲ 2002 ਤੋਂ 2007 ਵਿਚਕਾਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੌਰਾਨ ਲੁਧਿਆਣਾ ਸਿਟੀ ਸੈਂਟਰ ਨਿਰਮਾਣ ਮਾਮਲੇ ਵਿੱਚ ਵੱਡੇ ਪੱਧਰ ਤੇ ਘੋਟਾਲੇ ਦੇ ਦੋਸ਼ ਲੱਗੇ ਸਨ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 29 ਮਈ ਨੂੰ ਹੋਵੇਗੀ। ਐਕਚੁਅਲੀ ਸੌਟ ਕਾਪੀ ਆਫ ਦੀ ਚਲਾਨ ਫਰੋਮ ਵਿਜੀਲੈਂਸ ਬਿਊਰੋ ਵਿਚ ਦੇ ਹੈਡ ਰਿਫਿਊਜ਼ ਟੂ ਗਿਵ, ਸੋ ਦੀ ਈਡੀ ਹੈਜ਼ ਕਮ ਟੂ ਦੀ ਕੋਰਟ ਸੀਕਿੰਗ ਡਾਇਰੈਕਸ਼ਨ ਟੂ ਦੀ ਵਿਜੀਲੈਂਸ ਬਿਊਰੋ ਪੰਜਾਬ ਟੂ ਸਪਲਾਈ ਅਸ ਵਿਦ ਦੀ ਕਾਪੀ ਆਫ ਦੀ ਚਲਾਨ ਸੋ ਦੈਟ ਵੀ ਕੈਨ ਇਨਵੈਸਟੀਗੇਟ ਦੀ ਮੈਟਰ।